ਹੈਲੋ ਐਵਰੀਵਨ, ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਅੰਦਰ ਇਸ ਹੋਲ ਸਿਚੁਏਸ਼ਨ ਦੇ ਦੌਰਾਨ ਇੰਨੀ ਐਂਗਜ਼ਾਇਟੀ, ਇੰਨਾ ਡਰ ਕਿਉਂ ਪੈਦਾ ਹੋ ਰਿਹਾ ਵਾ, ਕਿਉਂਕਿ ਬਿਕੋਜ਼ ਅਸੀਂ ਆਪਦੇ ਆਪ ਨੂੰ ਇੱਕ ਡਰਾਉਣੀ ਇਨਫੋਰਮੇਸ਼ਨ ਦੇ ਆਦੀ ਬਣਾ ਚੁੱਕੇ ਹਾਂ ਰਾਈਟ ਨਾਓ, ਕਿਉਂਕਿ ਜੇ ਤੁਹਾਡਾ ਵਟਸਐਪ ਆ, ਸਾਡਾ ਇੰਸਟਾਗ੍ਰਾਮ ਆ, ਸਾਡਾ ਫੇਸਬੁੱਕ ਆ, ਸਾਡੀ ਯੂ ਨੋ ਨਿਊਜ਼ ਚੈਨਲਸ ਆ, ਕੋਂਸਟੈਂਟਲੀ ਸਾਨੂੰ ਡਰਾਵਣੀ ਇਨਫੋਰਮੇਸ਼ਨ ਮੂਹਰੇ ਆ ਰਹੀ ਆ, ਕੋਂਸਟੈਂਟਲੀ ਅਸੀਂ ਚੈੱਕ ਕਰ ਰਹੇ ਹਾਂ ਹੁਣ ਕਿੰਨੇ ਕੇਸ ਹੋ ਗਏ, ਕਿੰਨੇ ਡੈਥ ਕੇਸ ਹੋ ਗਏ. ਸੋ ਬਿਕੋਜ਼ ਅਸੀਂ ਇੱਕ ਡਰਾਉਣੀ ਇਨਫੋਰਮੇਸ਼ਨ ਸਾਡੇ ਅੰਦਰ ਜਾਈ ਜਾ ਰਹੀ ਆ, ਅਤੇ ਉਹ ਸਾਡੇ ਅੰਦਰ ਸੋਚਾਂ ਵੀ ਡਰਾਉਣੀਆਂ ਹੀ ਪੈਦਾ ਕਰ ਰਹੀ ਆ. ਐਂਡ ਜਦੋਂ ਸਾਡੇ ਅੰਦਰ ਸੋਚਾਂ ਡਰਾਉਣੀਆਂ ਪੈਦਾ, ਨੈਗੇਟਿਵ ਹੋਣਗੀਆਂ, ਸਾਡਾ ਸੁਭਾਵਿਕ ਜੀ ਜਿਹੜਾ ਸਾਡਾ ਭਾਵਨਾਵਾਂ ਵਾਲਾ ਲੈਵਲ ਆ, ਉਹ ਵੀ ਇੱਕ ਡਰਾਉਣਾ ਅਤੇ ਇੱਕ ਨੈਗੇਟਿਵ ਭਾਵਨਾਵਾਂ ਸਾਡੇ ਅੰਦਰ ਬਣਨਗੀਆਂ. ਸੋ ਇਹ ਬੜਾ ਜ਼ਰੂਰੀ ਆ. ਫੋਰ ਐਗਜ਼ਾਮਪਲ, ਜੇ ਤੁਸੀਂ ਆਪਣੇ ਸਰੀਰ ਨੂੰ ਸੰਤੁਸ਼ਟ ਰੱਖਣਾ, ਤੁਸੀਂ ਉਹ 'ਚ ਚੰਗਾ ਭੋਜਨ ਪਾਓਗੇ, ਚੰਗਾ ਫੂਡ ਖਾਓਗੇ, ਹੈਲਥੀ ਫੂਡ ਖਾਓਗੇ, ਫਰੂਟਸ ਖਾਓਗੇ, ਗ੍ਰੀਨ ਵੈਜੀਟੇਬਲਸ ਖਾਓਗੇ, ਤਾਂ ਤੁਹਾਡਾ ਸਰੀਰ ਠੀਕ ਰਹੂਗਾ. ਪਰ ਜੇ ਤੁਸੀਂ ਗਲਤ ਫੂਡ ਆਪਦੇ ਸਰੀਰ ਨੂੰ ਦਿਓਗੇ ਤਾਂ ਉਹਦੇ ਇੰਪੈਕਟ ਤੁਹਾਡੇ ਸਰੀਰ 'ਤੇ ਗਲਤ ਪੈਣਗੇ. ਇੱਦਾਂ ਹੀ ਤੁਹਾਡਾ ਦਿਮਾਗ ਦਾ, ਮਾਇੰਡ ਦਾ ਕੰਮ ਆ. ਜੇ ਤੁਸੀਂ ਉਹਨੂੰ ਗਲਤ ਇੱਕ ਨੈਗੇਟਿਵ ਇਨਫੋਰਮੇਸ਼ਨ ਨਾਲ ਫੀਡ ਕਰੋਗੇ, ਤੁਹਾਡੀਆਂ ਜਿਹੜੀਆਂ ਸੋਚਾਂ ਨੈਗੇਟਿਵ ਬਣਨਗੀਆਂ, ਫਿਰ ਤੁਹਾਡੀਆਂ ਭਾਵਨਾਵਾਂ ਨੈਗੇਟਿਵ ਬਣਨਗੀਆਂ. ਆਪਦੇ ਆਪ ਨੂੰ ਅਪਡੇਟ ਜ਼ਰੂਰ ਰੱਖੋ ਇਹ ਕਰੰਟ ਸਿਚੁਏਸ਼ਨ ਦੇ ਵਿੱਚ ਕੀ ਤੁਸੀਂ ਕਰਨਾ ਵਾ. ਜ਼ਰੂਰ ਆਪਦੇ ਆਪ ਨੂੰ ਰੋਜ਼ ਸੁਬਾਹ ਉੱਠ ਕੇ ਆਪਣਾ, ਜਾਂ ਇੱਕ ਦਿਨ ਦੇ ਵਿੱਚ 15-20 ਮਿੰਟ ਇਸ ਚੀਜ਼ 'ਤੇ ਲਾਵੋ ਕੀ ਅਪਡੇਟ ਆ ਰਹੀ ਆ, ਕੀ ਇਨਫੋਰਮੇਸ਼ਨ ਆ ਰਹੀ ਆ. ਪਰ ਉਸ ਤੋਂ ਇਲਾਵਾ ਤੁਹਾਨੂੰ ਇਸ ਚੀਜ਼ ਨਾਲ ਐਕਸਪੋਜ਼ ਹੋਣ ਦੀ ਇੰਨਾ ਜ਼ਿਆਦਾ ਜ਼ਰੂਰਤ ਨਹੀਂ. ਕਿਤਾਬਾਂ ਪੜ੍ਹੋ ਜਿਹੜੀਆਂ ਤੁਸੀਂ ਸ਼ਾਇਦ ਪੜ੍ਹਨੀਆਂ ਚਾਹੀਆਂ ਸੀ, ਆਪਣੇ ਬੱਚਿਆਂ ਨਾਲ ਸਟੋਰੀ ਵਾਲੀਆਂ ਬੁੱਕਸ ਪੜ੍ਹੋ, ਔਨਲਾਈਨ ਪੋਜ਼ਿਟਿਵ ਲੈਕਚਰਸ ਸੁਣੋ, ਆਪਣੀਆਂ ਯੂ ਨੋ ਸਾਈਕੋਲੋਜੀ ਦੇ ਬਹੁਤ ਸਾਰੇ, ਆਪਣੇ ਪੰਜਾਬੀ ਲੈਂਗੁਏਜ ਦੇ ਵਿੱਚ ਵੀ ਬੜੇ ਬਹੁਤ ਸਾਰੇ ਲੈਕਚਰ ਨੇ ਜਿਹੜੇ ਤੁਸੀਂ ਸੁਣ ਸਕਦੇ ਹੋ. ਹੋਰ ਵੀ ਜਿਹੜੀਆਂ ਚੀਜ਼ਾਂ ਤੁਸੀਂ ਐਕਸਪਲੋਰ ਕਰਨਾ ਮੰਗਦੇ ਸੀ, ਤੁਸੀਂ ਉਹ ਕਰ ਸਕਦੇ ਹੋ. ਆਪਣੀ ਕੁਕਿੰਗ ਸਕਿੱਲਸ ਨੂੰ ਬੈਟਰ ਬਣਾ ਸਕਦੇ ਹੋ. ਜੋ ਵੀ ਤੁਹਾਡਾ ਯੂ ਨੋ ਲਾਈਫ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਕਰਨਾ, ਤੁਸੀਂ ਉਹ ਕਰ ਸਕਦੇ ਹੋ, ਬਜਾਏ ਕਿ ਆਪਾਂ 24 ਘੰਟੇ ਆਪਣੇ ਕੰਪਿਊਟਰਾਂ ਦੇ ਸਕਰੀਨ ਦੇ ਮੂਹਰੇ ਸਿਰਫ ਇਹੀ ਇਨਫੋਰਮੇਸ਼ਨ ਲਈ ਜਾਈਏ. ਸੁਭਾਵਿਕ ਜੀ ਗੱਲ ਆ ਕਿ ਆਪਾਂ ਨੂੰ ਡਰਾਉਣ ਵਾਲੀਆਂ ਸੋਚਾਂ ਅਤੇ ਭਾਵਨਾਵਾਂ ਆਉਣਗੀਆਂ. ਸੋ ਮਕਸਦ ਸਾਡਾ ਇੱਕ ਚੰਗੀ ਇਨਫੋਰਮੇਸ਼ਨ ਆਪਣੇ ਦਿਮਾਗ ਦੇ ਵਿੱਚ ਪਾਈਏ, ਇੱਕ ਚੰਗੀ ਨੌਲੇਜ ਆਪਣੇ ਦਿਮਾਗ ਦੇ ਵਿੱਚ ਪਾਈਏ, ਤਾਂ ਜੋ ਸਾਡੀਆਂ ਥੋਟਸ ਪੋਜ਼ਿਟਿਵ ਹੋਣ, ਪੋਜ਼ਿਟਿਵ ਹੋਣ ਤੋਂ ਬਾਅਦ ਸਾਡੀਆਂ ਭਾਵਨਾਵਾਂ ਪੋਜ਼ਿਟਿਵ ਹੋਣ. ਥੈਂਕ ਯੂ ਐਵਰੀਵਨ.